ਅੱਜ ਬੈਕ ਫ੍ਰੀ ਡੇ ਸੀਗਾ, ਸਾਨੂੰ ਬਹੁਤ ਵਧੀਆ ਲੱਗਿਆ। ਤੇ ਰੋਜ਼ ਸਾਨੂੰ ਇੰਨਾ ਕੰਮ ਕਰਨਾ ਪੈਂਦਾ ਸੀਗਾ, ਤੇ ਅੱਜ ਬੈਕ ਫ੍ਰੀ ਡੇ ਸੀ, ਸਾਨੂੰ ਅੱਜ ਬਹੁਤ ਮਜ਼ਾ ਆਇਆ। ਉਸ ਦਿਨ ਜੀ ਵਾਧੂ ਅਲੱਗ ਅਲੱਗ ਤਰ੍ਹਾਂ ਦੀਆਂ ਐਕਟੀਵਿਟੀਆਂ ਹੋਣਗੀਆਂ ਤੇ ਜੇ ਬੈਗ ਨਹੀਂ ਲੈ ਕੇ ਆਉਂਦੇ ਜਿਹਦੇ ਜਿਹੀ ਦਾ ਬੱਚਿਆਂ ਦੇ ਦਿਮਾਗ ਤੇ ਬੋਝ ਨਹੀਂ ਹੋਏਗਾ, ਸਟ੍ਰੈਸ ਨਹੀਂ ਹੋਏਗਾ, ਹਮੇਸ਼ਾ ਬੈਗ ਲੈ ਕੇ ਜਾਣਾ ਹੈ ਔਰ ਪੜ੍ਹਾਈ ਕਰਨੀ ਹੈ। ਪੰਜਾਬ ਦਾ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਅਜਿਹਾ ਜ਼ਿਲ੍ਹਾ ਬਣ ਗਿਆ ਹੈ ਜਿੱਥੇ ਦੇ ਪ੍ਰਾਇਮਰੀ ਸਕੂਲ 'ਚ ਇੱਕ ਦਿਨ ਲਈ ਬੱਚੇ ਬਿਨਾਂ ਬੈਗ ਦੇ ਸਕੂਲ ਆਉਣਗੇ ਅਤੇ ਵੱਖ ਵੱਖ ਖੇਡਾਂ ਗਤੀਵਿਧੀਆਂ ਰਾਹੀਂ ਬਹੁਤ ਕੁਝ ਸਿੱਖਣਗੇ। ਦੱਸਦੀ ਕਿ ਅਬੋਹਰ ਦੇ ਏਕਤਾ ਕਲੋਨੀ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੋਂ ਜ਼ਿਲ੍ਹੇ ਭਰ ਵਿੱਚ ਇੱਕ ਦਿਨ ਬੈਗ ਫ੍ਰੀ ਡੇ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਉੱਥੇ ਦੀ DC ਦੇ ਵੱਲੋਂ ਇਸ ਨੂੰ ਸ਼ੁਰੂਆਤ ਕੀਤੀ ਗਈ। ਇਸ ਮੌਕੇ DC ਖੁਦ ਬੱਚਿਆਂ ਨਾਲ ਬੱਚਾ ਬਣ ਕੇ ਉਹਨਾਂ ਵਿਚਕਾਰ ਵਿਚਰੇ, ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਬੱਚਿਆਂ ਦੇ ਨਾਲ ਖੇਡਾਂ ਰਾਹੀਂ ਸਿੱਖਿਆ ਲੈਣ ਦੀਆਂ ਵੱਖ ਵੱਖ ਗਤੀਵਿਧੀਆਂ ਵਿੱਚ ਨਾ ਸਿਰਫ ਹਿੱਸਾ ਲਿਆ ਸਗੋਂ ਖੁਦ ਨੂੰ ਵੀ ਉਹਨਾਂ ਗਤੀਵਿਧੀਆਂ ਨੂੰ ਬੱਚਿਆਂ ਨਾਲ ਕਰਕੇ ਬੱਚਿਆਂ ਦਾ ਹੌਸਲਾ ਵੀ ਵਧਾਇਆ। ਇਹ ਤਸਵੀਰਾਂ ਦੇਖ ਰਹੇ ਹੋ। ਇਸ ਮੌਕੇ ਸਕੂਲ ਟੀਚਰ ਨੇ ਵੀ ਕਿਹਾ ਹੈ ਕਿ ਬੈਗ ਫ੍ਰੀ ਡੇ ਬੱਚਿਆਂ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗਾ। ਬੱਚੇ ਮਹੀਨੇ ਦੇ ਇੱਕ ਦਿਨ ਬਿਨਾਂ ਬੈਗ ਦੇ ਸਕੂਲ ਆਉਣਗੇ ਅਤੇ ਵੱਖ ਵੱਖ ਖੇਡਾਂ ਦੇ ਵਿੱਚ ਕੁਛ ਸਿੱਖਣਗੇ। ਬੱਚਿਆਂ ਦੇ ਦਿਮਾਗ 'ਤੇ ਇੱਕ ਦਿਨ ਸਕੂਲ ਦਾ ਕੰਮ ਕਰਨਾ ਜਾਂ ਕਿਤਾਬਾਂ ਰਾਹੀਂ ਪੜ੍ਹਨਾ ਇਹ ਬੋਝ ਨਹੀਂ ਹੋਵੇਗਾ, ਪਰ ਉਸ ਦਿਨ ਉਹ ਬਹੁਤ ਕੁਛ ਸਿੱਖਣਗੇ। ਇਹ ਤਸਵੀਰਾਂ ਨੇ ਬੱਚਿਆਂ ਨੇ ਵੀ ਇਸ ਸ਼ੁਰੂਆਤ ਨੂੰ ਚੰਗਾ ਦੱਸਿਆ ਕਿ ਕੁਝ ਬੱਚਿਆਂ ਵੱਲੋਂ ਕਿਹਾ ਹੈ, ਆਓ ਵੀ ਸੁਣਦੇ ਹਾਂ। ਨਾਮ ਕੀ ਹੈ ਤੁਹਾਡਾ? ਖੁਸ਼ਬੂ। ਕਿਹੜੇ ਸਕੂਲ ਪੜ੍ਹਦੇ? ਸਰਕਾਰੀ ਪ੍ਰਾਇਮਰੀ ਸਕੂਲ ਏਕਤਾ ਕਲੋਨੀ। ਅੱਜ ਡੀਸੀ ਮੈਡਮ ਆਏ ਸੀਗੇ, ਕੀ ਕਹਿ ਕੇ ਗਏ? ਅੱਜ ਬੈਕ ਫ੍ਰੀ ਡੇ ਸੀਗਾ, ਸਾਨੂੰ ਬਹੁਤ ਵਧੀਆ ਲੱਗਿਆ। ਤੇ ਰੋਜ਼ ਸਾਨੂੰ ਇੰਨਾ ਕੰਮ ਕਰਨਾ ਪੈਂਦਾ ਸੀਗਾ, ਤੇ ਅੱਜ ਬੈਕ ਫ੍ਰੀ ਡੇ ਸੀ, ਸਾਨੂੰ ਅੱਜ ਬਹੁਤ ਮਜ਼ਾ ਆਇਆ। ਕੀ ਪਹਿਲਾਂ ਕੀ ਹੁੰਦਾ ਸੀਗਾ ਦਿਮਾਗ ਦੇ ਵਿੱਚ, ਬੋਝ ਹੁੰਦਾ ਸੀਗਾ ਕਿ ਮਤਲਬ ਡੇਲੀ ਸਕੂਲ ਜਾਣਾ ਹੈ, ਡੇਲੀ ਬੈਗ ਲੈ ਕੇ ਜਾਵਾਂਗੇ, ਹੁਣ ਇੱਕ ਦਿਨ ਨਹੀਂ ਲੈ ਕੇ ਜਾਊਂਗਾ ਤਾਂ ਫ੍ਰੀ ਰਹੇਗਾ? ਹਾਂਜੀ। ਉਹਦੇ ਨਾਲ ਕੀ ਹੋਏਗਾ, ਪੜ੍ਹਾਈ ਵਧੀਆ ਹੋਊ, ਐਕਟੀਵਿਟੀ ਹੋਰ ਕੀ ਕੀ ਕਰੋਗੇ? ਹੋਰ ਅਸੀਂ ਇੰਜੋਏ ਕਰਾਂਗੇ। ਵਧੀਆ ਰਹੇਗਾ? ਵਧੀਆ ਰਹੇਗਾ। My name is Garnoor. I'm reading 5th class. ਕਿਹੜਾ ਕੀ ਅੱਜ ਡੀਸੀ ਮੈਡਮ ਆਏ ਸੀ, ਕੀ ਕਹਿ ਕੇ ਗਏ? ਕਹਿ ਗਿਆ ਵੀ ਤੁਸੀਂ ਵਧੀਆ ਕੀਤਾ ਜਿਹੜਾ ਅੱਜ ਪ੍ਰੋਗਰਾਮ ਕੀਤਾ, ਵੀ ਸਹੀ ਕੀਤਾ ਤੁਸੀਂ ਵੀ, ਯਾਨੀ ਕਿ ਕੀ ਕਹਿ ਕੇ ਗਏ ਅੱਜ ਫਿਰ ਬੈਗ ਫ੍ਰੀ ਡੇ ਜਿਹੜਾ ਉਹਦੇ ਅਸੀਂ ਕਹਿ ਕੇ ਗਏ ਆ, ਕੀ ਰਹੇਗਾ ਉਹਦੇ, ਤੁਸੀਂ ਬੈਗ ਨਹੀਂ ਲੈ ਕੇ ਆਉਂਗੇ? ਨੋ। ਅੱਛਾ, ਕੀ ਉਹਦਾ ਫਾਇਦਾ ਕੀ ਰਹੇਗਾ ਜੇ ਬੈਗ ਨਹੀਂ ਲੈ ਕੇ ਆਉਂਗੇ, ਫਿਰ ਕਿਵੇਂ ਦਿਮਾਗ ਵਧੀਆ ਰਹੇਗਾ? ਉਸ ਦਿਨ ਜੀ ਵਾਧੂ ਅਲੱਗ ਅਲੱਗ ਤਰ੍ਹਾਂ ਦੀਆਂ ਐਕਟੀਵਿਟੀਆਂ ਹੋਣਗੀਆਂ ਤੇ ਜੇ ਬੈਗ ਨਹੀਂ ਲੈ ਕੇ ਆਉਂਗੇ ਇਹਦੇ ਤੋਂ, ਇਹ ਵੀ ਨਾ ਜੀ ਇਹ ਵੀ ਪ੍ਰੋਬਲਮ ਹੈ ਵੀ ਜਿਹੜਾ ਉਹ ਨਹੀਂ ਹੁੰਦਾ, ਅਸੀਂ ਪੜ੍ਹਦੇ ਹਾਂ ਉੱਤੇ ਵੀ ਉਹ ਕਮਜ਼ੋਰੀ ਪੈਂਦੀ ਹੈ ਜੀ, ਪਰ ਜਦੋਂ ਖੇਡਦੇ ਹਾਂ ਜੀ ਉਹਨਾਂ ਨਾਲ ਵੀ ਆਪਣੇ ਜਿਹੜੇ ਹੁੰਦੇ ਆ ਨਾ ਜੀ, ਕੀ ਨਾਮ ਹੈ, ਮਸਲ ਸਟਰੋਂਗ ਹੁੰਦੇ ਆ ਜੀ। ਫਿਰ ਵਧੀਆ ਰਹੇਗਾ, ਇੱਕ ਦਿਨ ਤੁਸੀਂ ਸਾਰੇ ਫ੍ਰੀ ਰਹੋਗੇ। ਯੈਸ। ਸੋ ਚਿਲਡਰਨ ਅਪ ਟੂ ਪ੍ਰਾਇਮਰੀ ਕਲਾਸ, ਉਹ ਮਹੀਨੇ 'ਚ ਲਾਸਟ ਸੈਟਰਡੇ ਦੇ ਵਿਲ ਨੋਟ ਬ੍ਰਿੰਗ ਦੇਅਰ ਬੈਗਸ, ਵਿਦਆਊਟ ਬੈਗਸ ਆਉਣਗੇ ਔਰ ਉਹਨਾਂ ਨੂੰ ਇੱਥੇ ਫਨ ਫਿਲਡ ਐਕਟੀਵਿਟੀਜ਼ ਕਰਾਈਆਂ ਜਾਣਗੀਆਂ, ਜਿਹਦੇ 'ਚ ਇੱਕ ਤਾਂ ਬੱਚਿਆਂ ਦੇ ਦਿਮਾਗ 'ਤੇ ਬੋਝ ਨਹੀਂ ਹੋਏਗਾ, ਸਟ੍ਰੈਸ ਨਹੀਂ ਹੋਏਗਾ, ਹਮੇਸ਼ਾ ਬੈਗ ਲੈ ਕੇ ਜਾਣਾ ਔਰ ਪੜ੍ਹਾਈ ਕਰਨੀ ਹੈ,
ਫਨ ਫਿਲਡ ਐਕਟੀਵਿਟੀਜ਼ ਦੇ ਨਾਲ ਨਾਲ ਲਰਨਿੰਗ ਐਕਟੀਵਿਟੀਜ਼ ਹੋਣਗੀਆਂ, ਜਿਹਦੇ ਨਾਲ ਉਹਨਾਂ ਦੀ ਕੋਆਰਡੀਨੇਸ਼ਨ ਸਕਿੱਲਸ ਹੋਏਗੇ, ਬੈਟਰ ਮੈਨੇਜਮੈਂਟ ਕਿਸ ਤਰ੍ਹਾਂ ਕਰਨੀ ਹੈ, ਕਿਸ ਤਰ੍ਹਾਂ ਟੀਮ ਵਰਕ 'ਚ ਕੰਮ ਕਰਨਾ, ਕਿਸ ਤਰ੍ਹਾਂ ਚੀਜ਼ ਸਿੱਖਣੀ ਹੈ, ਕਮਿਊਨੀਕੇਸ਼ਨ ਸਕਿੱਲਸ ਕੀ ਹੋਣਗੇ, ਗੁੱਡ ਟੱਚ ਬੈਡ ਟੱਚ ਕੀ ਹੋਏਗਾ, ਗੁੱਡ ਮੈਨਰਸ ਬੈਡ ਮੈਨਰਸ ਕੀ ਹੋਣਗੇ, ਟ੍ਰੈਫਿਕ ਲਾਈਟਸ ਕਿਸ ਤਰ੍ਹਾਂ ਚੱਲਣੀਆਂ. ਸੋ ਐਵਰੀ ਐਕਟੀਵਿਟੀ ਵਿਲ ਬੀ ਫਨ ਫਿਲਡ ਐਂਡ ਦ ਟੀਚਰਸ ਹੈਵ ਬੀਨ ਟੋਲਡ ਕਿ ਇਹਨਾਂ ਨੂੰ ਬੱਚਿਆਂ ਨੂੰ ਅਲੱਗ ਅਲੱਗ ਏਜ ਗਰੁੱਪ ਦੇਖਦੇ ਹੋਏ ਉਸ ਹਿਸਾਬ ਨਾਲ ਇਹਨਾਂ ਦੀਆਂ ਐਕਟੀਵਿਟੀਜ਼ ਪਲਾਨ ਕਰਨੀਆਂ. ਦੇਖੋ ਰੋਜ਼ਮਰਾ ਦੀ ਜ਼ਿੰਦਗੀ 'ਚ ਅਸੀਂ ਦੇਖਦੇ ਹਾਂ ਕਿ ਸਟ੍ਰੈਸ ਹਰ ਇੱਕ ਦੀ ਜ਼ਿੰਦਗੀ 'ਚ ਰਹਿੰਦਾ ਹੈ, ਅਤੇ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਇਹ ਆਦਤ ਪਾਉਣੀ ਚਾਹੀਦੀ ਹੈ ਕਿ ਬੱਚਾ ਖੁਸ਼ ਹੋ ਕੇ ਸਕੂਲ ਜਾਏ ਔਰ ਖੇਲੇ ਕੁੱਦੇ. ਉਹਦੀ ਫਿਜ਼ੀਕਲ ਐਕਟੀਵਿਟੀ ਵੀ ਹੋਣੀ ਚਾਹੀਦੀ ਹੈ, ਉਹਦਾ ਕਰੀਕੁਲਮ ਕੋ ਕਰੀਕੁਲਰ ਐਕਟੀਵਿਟੀਜ਼ ਪੂਰੀਆਂ ਪਲਾਨ ਹੋਣੀਆਂ ਚਾਹੀਦੀਆਂ, ਸੋ ਉਹਦਾ ਫਿਰ ਉਹਦੀ ਓਵਰਆਲ ਡਿਵੈਲਪਮੈਂਟ ਹੋਏ. ਇਹ ਸੋਚਦੇ ਹੋਏ ਅਸੀਂ ਪਲਾਨ ਕੀਤਾ ਕਿ ਫਾਜ਼ਿਲਕਾ 'ਚ ਅਸੀਂ ਸਿਰਫ ਇੱਕ ਦਿਨ ਹਫ਼ਤੇ ਮਹੀਨੇ 'ਚ ਲਾਸਟ ਸੈਟਰਡੇ ਉਹ ਬੈਗ ਵੀ ਲੈ ਕੇ ਆਉਣਗੇ, ਐਕਟੀਵਿਟੀਜ਼ ਕਰਾਉਣਗੇ, ਔਰ ਇਹਦੇ 'ਚ ਸਟ੍ਰੈਸ ਵੀ ਟੀਚਰਸ ਵੀ ਹੋਣਗੇ ਕਿ ਟੀਚਰਸ ਨੇ ਵੀ ਐਕਟੀਵਿਟੀਜ਼ ਪਲਾਨ ਕਰਨੀ ਹੈ, ਬੱਚਿਆਂ ਨੂੰ ਸਿਖਾਉਣਾ ਹੈ, ਫਨ ਫੀਲਡ ਐਕਟੀਵਿਟੀ, ਮਤਲਬ ਦੇ ਵਿਲ ਨਾਟ ਬ੍ਰਿੰਗ ਐਨੀ ਬੈਗ ਔਰ ਬੁੱਕਸ ਟੂ ਸਕੂਲ. ਬਿਲਕੁਲ ਅੱਗੇ ਵਧਾਇਆ ਵੀ ਜਾ ਸਕਦੇ ਵੀਲ ਸੀ ਦਾ ਫੀਡਬੈਕ ਜੀ ਕੀ ਫੀਡਬੈਕ ਰਹੇਗੀ, ਬੱਚੇ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਕਿਸ ਤਰ੍ਹਾਂ ਪਸੰਦ ਕਰਦੇ ਹੈ, ਕਿੰਨਾ ਸਿੱਖਦੇ ਹੈ, ਕੀ ਉਹਨਾਂ ਦਾ ਸਿੱਖਣ ਦਾ ਨਜ਼ਰੀਆ ਹੈ, ਡੂ ਚਿਲਡਰਨ ਵਾਂਟ, ਡੂ ਦਾ ਟੀਚਰਸ ਵਾਂਟ, ਦੈਨ ਵੀ ਕੈਨ ਥਿੰਕ ਕਿ ਅਸੀਂ ਅੱਗੇ ਨੂੰ ਉਹਨਾਂ ਦਾ ਕਿਸ ਤਰ੍ਹਾਂ ਫਾਜ਼ਿਲਕਾ 'ਚ ਅੱਜ ਅਸੀਂ ਸ਼ੁਰੂ ਕੀਤਾ ਹੈ ਜੀ, ਲੈਟਸ ਸੀ ਜੀ ਬਾਕੀ ਬੈਗ ਫ੍ਰੀ ਦੇ ਕਰਕੇ ਅਸੀਂ ਪਹਿਲਾਂ ਫਾਜ਼ਿਲਕਾ 'ਚ. ਸੋ ਐਕਟੀਵਿਟੀਜ਼ ਤਾਂ ਹੁੰਦੀਆਂ ਸਕੂਲ 'ਚ, ਪਰ ਇਸ ਦਿਨ ਸਿਰਫ ਔਰ ਸਿਰਫ ਬੱਚਿਆਂ ਦੀ ਕਰੀਕੁਲਰ ਐਕਟੀਵਿਟੀਜ਼ ਹੋਣਗੀਆਂ. ਦੇ ਕੈਨ ਲਰਨ ਯੋਗਾ, ਦੇ ਕੈਨ ਲਰਨ ਮਿਊਜ਼ਿਕ, ਵੇ ਮਾਡਲਿੰਗ, ਡਾਂਸਿੰਗ, ਜੋ ਜਿਹੜੇ ਬੱਚੇ ਦਾ ਹੋਏਗਾ, ਸੋ ਦੈਟ ਉਹਨਾਂ ਦੇ ਕੋਗਨੀਟਿਵ ਸਕਿੱਲ, ਸਾਰੇ ਸਕਿੱਲਸ ਉਹਨਾਂ ਦੇ ਡਿਵੈਲਪ ਹੋਣ, ਇਹਦੇ ਨਾਲ ਬੱਚਿਆਂ ਨੂੰ ਮਤਲਬ ਸਿੱਖਣ ਵਿੱਚ ਜਲਦੀ ਹੈਲਪ ਮਿਲੇਗੀ, ਅਤੇ ਬੱਚੇ ਮਤਲਬ ਫ੍ਰੀ ਮਾਇੰਡ ਆਉਣਗੇ, ਬੱਚਿਆਂ ਨੂੰ ਪਤਾ ਕਿ ਸਾਡੇ ਕੋਲ ਬੈਗ ਨਹੀਂ ਹੈਗੇ, ਅਸੀਂ ਪੜ੍ਹਨ ਨਹੀਂ ਜਾ ਰਹੇ, ਅਸੀਂ ਖੇਡਣ ਜਾ ਰਹੇ ਹਾਂ ਉੱਥੇ, ਤਾਂ ਇਹਦੇ ਨਾਲ ਬੱਚਿਆਂ ਨੂੰ ਬਹੁਤ ਮਤਲਬ ਫਾਇਦਾ ਹੋਏਗਾ, ਤਾਂ ਬੱਚੇ ਖੁਸ਼ੀ ਖੁਸ਼ੀ ਸਕੂਲੋਂ ਦੀ ਮਤਲਬ ਘਰੋਂ ਦੀ ਸਕੂਲ ਆਉਣਗੇ. ਲੱਗਦਾ ਕਿ ਬੱਚਿਆਂ 'ਤੇ ਇੱਕ ਬੋਝ ਬਣਿਆ ਰਹਿੰਦਾ ਹਮੇਸ਼ਾ ਕਿ ਜਿਹੜਾ ਬੈਗ ਸਕੂਲ ਜਾਣਾ ਹੈਗਾ, ਬੈਗ ਜਿਹੜਾ ਜਿਹਨੂੰ ਕਹਿੰਦੇ ਕਿ ਬਹੁਤ ਭਾਰੀ ਲੈ ਕੇ ਜਾਣਾ. ਨਹੀਂ ਮਤਲਬ ਬੱਚਿਆਂ ਨੂੰ ਥੋੜ੍ਹਾ ਜਿਹਾ ਲੱਗਦਾ ਹੈ ਕਿ ਹੈ ਨਾ ਅਸੀਂ ਪੜ੍ਹਨ ਜਾ ਰਹੇ ਹਾਂ, ਸਾਡੇ 'ਤੇ ਬੋਝ ਹੈ, ਤਾਂ ਬੱਚੇ ਉਹ ਚੀਜ਼ ਨਹੀਂ ਆਏਗੀ ਬੱਚੇ ਦੇ ਮਾਇੰਡ ਵਿੱਚ ਕਿ ਅਸੀਂ ਪੜ੍ਹਨ ਨਹੀਂ ਜਾ ਰਹੇ, ਅਸੀਂ ਸਿਰਫ ਖੇਡਣ ਜਾ ਰਹੇ ਹਾਂ. ਇਹਦੇ ਨਾਲ ਬੱਚੇ ਜਲਦੀ ਸਿੱਖਣਗੇ? ਹਾਂਜੀ, ਇਹਦੇ ਨਾਲ ਬੱਚੇ ਬਹੁਤ ਜਲਦੀ ਸਿੱਖਣਗੇ, ਕਿਉਂਕਿ ਬੱਚੇ ਮਾਇੰਡ ਫ੍ਰੀ ਹੋਣਗੇ, ਤਾਂ ਬੱਚਿਆਂ ਨੂੰ ਇਹ ਹੋਏਗਾ ਕਿ ਸਿਰਫ ਅਸੀਂ ਖੇਡਣ ਹੀ ਜਾ ਰਹੇ ਹਾਂ, ਹੈ ਨਾ, ਤਾਂ ਬੱਚੇ ਖੇਡ ਖੇਡ ਵਿੱਚ ਹੀ ਬਹੁਤ ਕੁਝ ਸਿੱਖ ਜਾਣਗੇ. ਤਿਆਰੀ ਕੀ ਹੈ, ਤੁਸੀਂ ਟੀਚਰ ਹੋ, ਤੁਹਾਡੇ ਵੱਲੋਂ ਕੀ ਤਿਆਰੀ ਹੈ? ਸਾਡੇ ਵੱਲੋਂ ਇਹੀ ਤਿਆਰੀ ਹੈ ਕਿ ਇਹਨਾਂ ਨੂੰ ਜਿਹੜਾ ਸਿਖਾਇਆ ਜਾਏਗਾ ਐਕਟੀਵਿਟੀ ਦੇ ਥਰੂ, ਜਿਹੜਾ ਹਾਂਜੀ ਇਹਨਾਂ ਨੂੰ ਜਿਹੜਾ ਐਕਟੀਵਿਟੀ ਦੇ ਥਰੂ ਸਿਖਾਇਆ ਜਾਏਗਾ, ਇਹਨਾਂ ਨਾਲ ਫਾਇਦਾ ਹੋਏਗਾ ਬੱਚਿਆਂ ਨੂੰ.